ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ। ਇਹ 17 ਅਕਸਰ ਸਿਆਣੇ ਕਹਿੰਦੇ ਨੇ, ਪਰ ਇਹਨਾਂ 17 ਨੂੰ ਜੇ ਸਿੱਧ ਕੀਤਾ ਅੰਮ੍ਰਿਤਸਰ ਦੇ ਦੋ ਭਰਾਵਾਂ ਨੇ, ਪਾਕਿਸਤਾਨ ਦੀ ਲੂਣ ਤੋਂ ਵੱਖ ਵੱਖ ਲੈਂਪਾਂ, ਵੱਖ ਵੱਖ ਕਾਰਾਂ ਦੀਆਂ ਲੈਂਪਾਂ ਜਾਂ ਹੋਰ ਸ਼ੋ ਪੀਸ ਬਣਾਉਣੇ ਸ਼ੁਰੂ ਕੀਤੇ ਸੀ, ਤਾਂ ਉਦੋਂ ਭਾਰਤ ਵਿੱਚ ਕਿਸੇ ਨੇ ਵੀ ਇਹ ਕੰਮ ਨਹੀਂ ਸ਼ੁਰੂ ਨਹੀਂ ਕੀਤਾ ਸੀ। ਪਾਸਥੂ ਦੇ ਅਕੋਰਡਿੰਗ ਵੀ ਬਹੁਤ ਸ਼ੁਭ ਮੰਨਦੇ ਇਹਨੂੰ, ਅਤੇ ਅਸੀਂ ਜਦੋਂ ਤੁਹਾਨੂੰ ਦੱਸਿਆ ਕਿ ਪਹਿਲਾਂ ਅਸੀਂ ਖਾਲੀ ਨਮਕ ਇੰਪੋਰਟ ਕਰਦੇ ਸੀਗੇ ਔਰ ਇਹਦੀ ਮਾਰਕੀਟ ਦੇਖੀ ਵੀ ਕਾਫੀ ਉਦੋਂ ਇੰਡੀਆ 'ਚ ਮਾਰਕੀਟ ਇੱਡੀ ਨਹੀਂ ਸੀਗੀ, ਲੇਕਿਨ ਫੋਰਨ ਦੇ ਵਿੱਚ ਮਾਰਕੀਟ ਕਾਫੀ ਸੀ। ਔਰ ਅੱਜ ਜਦੋਂ ਇਹ ਸਟਾਰਟ ਕੀਤਾ ਸੀ ਉਹ ਤੋਂ ਲੈ ਕੇ ਅੱਜ ਤੱਕ ਬਹੁਤ ਜ਼ਿਆਦਾ ਮਾਰਕੀਟ ਦਾ ਫਰਕ ਪੈ ਗਿਆ ਹੈ। ਜਦੋਂ ਜੇ ਕਿਸੇ ਨੇ ਤੁਹਾਡੇ ਤੱਕ ਆਉਣਾ ਹੋਵੇ, ਸਿਰਫ ਐਮਾਜ਼ੋਨ ਤੋਂ ਦੇਖ ਸਕਦਾ? ਐਮਾਜ਼ੋਨ ਤੋਂ, ਵੈਸੇ ਵੀ ਗੂਗਲ 'ਤੇ ਸਰਚ ਕਰੋਗੇ ਆਪਣੇ ਜੋਸ਼ਨ ਨੇ ਜੋਸ਼ਨ ਤਾਂ ਆ ਜਾਏਗਾ। ਸੋਲਟ ਵਿੱਚ ਵੀ ਹੁਣ ਮਿਲਾਵਟ ਆ ਰਹੀ ਹੈ? ਬਿਲਕੁਲ ਮਿਲਾਵਟ ਆ ਰਹੀ ਆ, ਕਲਰ ਲੱਗ ਕੇ ਦੂਸਰੇ ਨਮਕ ਨੂੰ ਕਲਰ ਲਾ ਕੇ ਸਿੰਧਾ ਨਮਕ ਕਰਕੇ ਵੇਚ ਰਹੇ ਪਿੰਕ ਸਾਲਟ ਕਹਿ ਕੇ, ਲੇਕਿਨ ਪਿੰਕ ਹੁੰਦਾ ਹੀ ਨਹੀਂ ਆ। ਪਸਾਈ ਟਾਈਮ ਪਸਾਈ ਤੋਂ ਪਹਿਲਾਂ ਪਿੰਕ ਦਿਖੂਗਾ, ਲੇਕਿਨ ਪਸਾਈ ਹੋਣ ਤੋਂ ਬਾਅਦ ਇਹ ਵਾਈਟ ਦਿਖੂਗਾ, ਹਲਕਾ ਜਿਹਾ ਪਿੰਕ ਹਲਕਾ ਜਾਊਗਾ ਤੁਹਾਡੇ ਸਾਹਮਣੇ। ਵੈਸੇ ਵੀ ਤੁਸੀਂ ਆਪਣੇ ਘਰ ਵੀ ਵੈਸੇ ਇੱਕ ਡਲਾ ਲੈ ਲਓ, ਉਹਨੂੰ ਘਰ ਪਸਾਈ ਕਰਕੇ ਵੇਖ ਲਓ, ਉਹ ਪਿੰਕ ਨਹੀਂ ਆਊਗਾ। ਇੰਡੀਆ 'ਚ ਚਲੋ ਹੁਣ ਇਹਦਾ ਕੰਸੈਪਟ ਆਇਆ, ਫੋਰਨ ਦੇ ਵਿੱਚ ਇਹਦਾ ਰੂਮ ਦਾ ਸਪਾ ਰੂਮ ਦਾ ਕਾਫੀ ਜ਼ਿਆਦਾ ਸਕੋਪ ਆ। ਇੰਡੀਆ ਦੇ ਵਿੱਚ ਬਣ ਰਿਹਾ ਜੀ ਹੁਣ, ਜਿਵੇਂ ਬੰਗਲੌਰ ਸਾਈਡ ਬਣੇ ਆ ਜਾਂ ਦਿੱਲੀ ਬਣੇ ਆ, ਇਹਨਾਂ ਸਾਈਡਾਂ 'ਚ ਬਣੇ ਆ। ਜਿਹਨੂੰ ਆ ਗਿਆ ਤਰੀਕਾ ਉਹ ਤਾਂ ਇੱਥੇ ਅਮਰੀਕਾ। ਇਹ 17 ਅਕਸਰ ਸਿਆਣੇ ਕਹਿੰਦੇ ਨੇ, ਪਰ ਇਹਨਾਂ 17 ਨੂੰ ਜੇ ਸਿੱਧ ਕੀਤਾ ਅੰਮ੍ਰਿਤਸਰ ਦੇ ਦੋ ਭਰਾਵਾਂ ਨੇ। ਇਸ ਵੇਲੇ ਮੈਂ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਮੱਲੋਵਾਲ 'ਚ ਹਾਂ ਔਰ ਦੋ ਭਰਾਵਾਂ ਨੇ ਐਸਾ ਕਮਾਲ ਕੀਤਾ, ਰੌਕ ਸੋਲਟ, ਪਹਾੜੀ ਲੂਣ, ਜਿਹਨੂੰ ਅਸੀਂ ਪਾਕਿਸਤਾਨ ਦੀ ਲੂਣ ਵੀ ਕਹਿ ਦਿੰਦੇ ਹਾਂ, ਉਸ ਲੂਣ ਦੇ ਵਿੱਚੋਂ ਕੀ ਕੁਛ ਬਣਾ ਦਿੰਦੇ ਨੇ। ਸੋ ਅੱਜ ਤੁਹਾਨੂੰ ਇਹ ਵੀ ਦਿਖਾਵਾਂਗੇ ਔਰ ਪੂਰੇ ਦੇਸ਼ ਦੇ ਵਿੱਚ ਹੀ ਨਹੀਂ ਬਲਕਿ ਵੱਖ ਵੱਖ ਦੇਸ਼ਾਂ 'ਚ, ਪੂਰੇ ਵਿਦੇਸ਼ ਦੇ ਵਿੱਚ ਇਹਨਾਂ ਨੇ ਧੁੰਮ ਪਾਈ ਹੋਈ ਹੈ। ਦੂਜੇ ਪਾਸੇ ਗੱਲ ਕਰੀਏ ਤਾਂ 2012 ਦੇ ਵਿੱਚ ਜਦੋਂ ਇਹਨਾਂ ਨੇ ਪਾਕਿਸਤਾਨੀ ਲੂਣ ਤੋਂ ਵੱਖ ਵੱਖ ਲੈਂਪਾਂ, ਵੱਖ ਵੱਖ ਕਾਰਾਂ ਦੀਆਂ ਲੈਂਪਾਂ ਜਾਂ ਹੋਰ ਸ਼ੋ ਪੀਸ ਬਣਾਉਣੇ ਸ਼ੁਰੂ ਕੀਤੇ ਸੀ, ਤਾਂ ਉਦੋਂ ਭਾਰਤ ਵਿੱਚ ਕਿਸੇ ਨੇ ਵੀ ਇਹ ਕੰਮ ਨਹੀਂ ਸ਼ੁਰੂ ਨਹੀਂ ਕੀਤਾ ਸੀ। ਪਰ ਅੰਮ੍ਰਿਤਸਰ ਦੇ ਇਹਨਾਂ ਦੋ ਭਰਾਵਾਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਨਵੇਕਲੀ ਸੋਚ ਰੱਖੀ ਔਰ ਇਹ ਸਿੱਧ ਕਰ ਵਿਖਾਇਆ, ਜੇ ਕੁਝ ਕਰਨਾ ਹੋਵੇ ਤਾਂ ਬੰਦਾ ਕਰ ਸਕਦਾ, ਬਹਾਨੇ ਤਾਂ ਹਰ ਕੋਈ ਬਣਾ ਲੈਂਦਾ। ਇਸ ਵੇਲੇ ਮੈਂ ਉਸ ਮੱਲੋਵਾਲ ਪਿੰਡ 'ਚ ਉਹ ਲੂਣ ਦੀ ਫੈਕਟਰੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਰੋਜ਼ਾਨਾ ਔਨਲਾਈਨ ਜਿਹੜੇ ਲੋਕ ਔਡਰ ਕਰਦੇ ਨੇ ਰੌਕ ਸੋਲਟ ਦੀਆਂ ਲੈਂਪਸ ਅਤੇ ਵੱਖ ਵੱਖ ਚੀਜ਼ਾਂ ਲੂਣ ਨਾਲ ਤਿਆਰ ਹੋਈਆਂ। ਸੋ ਇਹ ਸੈਟਅਪ ਦੇਖੋ, ਜੇ ਅਸੀਂ ਦੇਖੀਏ ਕਿ ਅੰਮ੍ਰਿਤਸਰ ਦੇ ਵਿੱਚ ਸੈਟਅਪ ਲੱਗਾ ਹੋਇਆ ਔਰ ਇੱਥੋਂ ਜਿਹੜੀਆਂ ਚੀਜ਼ਾਂ ਤਿਆਰ ਹੋ ਕੇ ਮੁੰਬਈ, ਦਿੱਲੀ, ਸਾਊਥ ਵਾਲੇ ਪਾਸੇ ਜਾਂ ਹੋਰ ਅਸੀਂ ਦੇਖੀਏ ਤਾਂ ਦੂਸਰੇ ਦੇਸ਼ਾਂ ਵਿੱਚ ਵੀ ਜਾਂਦੀ ਹੈ। ਸੋ ਰੌਕ ਸੋਲਟ ਵੱਡੇ ਢੇਲਿਆਂ ਤੋਂ ਕਿਸ ਤਰ੍ਹਾਂ ਸ਼ੇਪ ਦੇਣੀ, ਕਟਿੰਗ ਕਰਨੀ, ਕਟਿੰਗ ਤੋਂ ਬਾਅਦ ਇੱਕ ਜਿਹੜਾ ਦੂਸਰਾ ਹੱਥ ਦਾ ਕਾਰੀਗਰ ਹੈ ਉਹ ਉਸਨੂੰ ਤੇਜ਼ੀ ਨਾਲ ਸ਼ੇਪ ਦਿੰਦਾ ਔਰ ਬਲਕਿ ਪੂਰਾ ਜਿਹੜਾ ਫੈਕਟਰੀ ਦੇ ਵਿੱਚ ਕੰਮ ਹੋ ਰਿਹਾ ਤੁਹਾਨੂੰ ਉਹ ਵੀ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਉਹ ਲੈਂਪ ਜਦੋਂ ਇਹਦੇ ਵਿੱਚ ਲੂਣ ਦੇ ਢੇਲੇ ਵਿੱਚ ਪੈਂਦੀ ਹੈ ਤਾਂ ਉਹ ਲੈਂਪ ਜਗਦੀ ਹੈ ਔਰ ਵਾਸਤੂ ਅਕੋਰਡਿੰਗ ਹੀ ਜੇ ਕਹੀਏ ਆਪਾਂ ਤਾਂ ਉਹ ਪੋਜ਼ੀਟਿਵ ਜਿਹੜੀ ਚੀਜ਼ ਹੈ ਉਹ ਦੇਖਣ ਨੂੰ ਮਿਲਦੀ ਹੈ। ਸੋ ਇਹ ਅੰਮ੍ਰਿਤਸਰ ਦੇ ਦੋ ਭਰਾ ਜਿਨ੍ਹਾਂ ਨੇ ਇਸ ਚੀਜ਼ ਨੂੰ ਭਾਰਤ ਵਿੱਚ ਸ਼ੁਰੂ ਕੀਤਾ
ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ। ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਇੱਕ ਪਾਸੇ ਅਸੀਂ ਜਿਹੜੀ ਤਸਵੀਰ ਵੀ ਦਿਖਾਈਏ ਅਤੇ ਅਸੀਂ ਇਹਨਾਂ ਨਾਲ ਗੱਲਬਾਤ ਵੀ ਜ਼ਰੂਰ ਕਰੀਏ। ਤੁਹਾਡਾ ਨਾਮ ਕੀ ਹੈ? ਸਭ ਤੋਂ ਪਹਿਲੇ ਤਾਂ ਦੋਵਾਂ ਭਰਾਵਾਂ ਨੇ ਜਿਹੜੀ ਧੁੰਮ ਪਾਈ ਹੋਈ ਹੈ, ਹੈ ਨਾ, ਅਤੇ ਚਿਹਰੇ ਦੀ ਸਮਾਈਲ ਵੀ ਦੱਸਦੀ ਪਈ ਹੈ, ਹੈ ਨਾ, ਕਿ ਜੇ ਅਸੀਂ ਚਾਹੀਏ ਤਾਂ ਬੜਾ ਕੁਛ ਕਰ ਸਕਦੇ ਹਾਂ। ਸਿਆਣੇ ਕਹਿੰਦੇ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਹੈਗਾ। ਅਮਰੀਕਾ ਬਿਲਕੁਲ ਬਿਲਕੁਲ ਹੈਗਾ ਜੀ। ਔਰ ਅਸੀਂ 2014 ਤੋਂ ਇਹ ਕੰਮ ਕਰ ਰਹੇ ਹਾਂ ਜੀ। ਪਹਿਲਾਂ ਅਸੀਂ ਪਾਕਿਸਤਾਨ ਤੋਂ ਨਮਕ ਇੰਪੋਰਟ ਕਰਦੇ ਸੀਗੇ, ਫਿਰ ਉਸ ਤੋਂ ਬਾਅਦ ਅਸੀਂ ਲੈਂਪ ਬਣਾਉਣੇ ਸ਼ੁਰੂ ਕਰ ਦਿੱਤੇ, ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਡਾਇਰੈਕਟ ਰੇਟ ਬੰਦ ਹੈ ਅਤੇ ਵਾਇਆ ਹੁਣ ਆ ਰਿਹਾ ਵਾ ਦੁਬਈ, ਔਰ ਉਹ ਮੁੰਦਰਾ ਤੋਂ ਆ ਰਿਹਾ ਜੀ, ਇੱਥੇ ਡਾਇਰੈਕਟ ਇੰਪੋਰਟ ਬੰਦ ਆ ਜਿਹੜੇ ਹੁਣ, ਅਤੇ ਕਾਫ਼ੀ ਮਾਤਰਾ 'ਚ ਲੂਣ ਪਿਆ ਹੋਇਆ, ਰੋਜ਼ਾਨਾ ਕੰਮ ਚੱਲਦਾ, ਸੋ ਕਿੰਨਾ ਕੁ ਲੂਣ ਜਿਹੜਾ ਮੰਗਾਉਂਦੇ ਹੋ ਮਹੀਨੇ ਦਾ, ਜਾਂ ਕਹਿ ਲਈਏ ਮਹੀਨੇ ਦਾ? ਆਪਣਾ 70-80 ਟਨ ਲੱਗਦਾ ਜੀ। ਹਾਂਜੀ, ਲੈਂਪ ਵਾਸਤੇ ਜਿਹੜਾ, ਹਾਂਜੀ, ਲੈਂਪ ਤੋਂ ਫਿਰ ਜਿਵੇਂ ਕਟਿੰਗ ਹੋ ਗਈ ਉਹ ਗ੍ਰਾਈਂਡਿੰਗ ਹੋ ਜਾਂਦਾ। ਹੋਰ ਜਦੋਂ ਢੇਲਾ ਵੱਡਾ ਹੁੰਦਾ ਤਗੜਾ ਕਾਫ਼ੀ ਕਿਲੋ ਦਾ, ਉਸ ਨੂੰ ਸ਼ੇਪ ਦੇ ਵਿੱਚ ਲਿਆਉਣ ਵਾਸਤੇ ਸਭ ਤੋਂ ਪਹਿਲੇ ਕਿਹੜੀ ਮਸ਼ੀਨ ਵਰਤੀ ਜਾਂਦੀ ਹੈ, ਐਂਡ ਤੱਕ ਕਿੱਥੇ ਪਹੁੰਚਦਾ? ਸਭ ਤੋਂ ਪਹਿਲਾਂ ਕਟਰ, ਉਸ ਤੋਂ ਕਟਿੰਗ ਹੁੰਦੀ ਆ, ਉਸ ਤੋਂ ਬਾਅਦ ਇੱਥੇ ਡਰਿੱਲ ਹੁੰਦਾ ਆ, ਫਿਰ ਇੱਥੇ ਉਹਨੂੰ ਸਕਰਿਊ ਨਾਲ ਕੱਸਿਆ ਜਾਂਦਾ ਆ, ਅਤੇ ਫਿਰ ਪੈਕਿੰਗ ਹੁੰਦਾ ਆ। ਹਾਂਜੀ, ਇੱਕ ਜੇ ਲੈਂਪ ਨੂੰ ਤਿਆਰ ਕਰਨਾ ਹੋਵੇ ਕਿੰਨਾ ਕੁ ਸਮਾਂ ਲੱਗਦਾ? ਇੱਕ ਲੈਂਪ ਨੂੰ ਜਿਸ ਤਰ੍ਹਾਂ ਸਾਡਾ ਸੈਟਅਪ ਬਣਿਆ ਵਾ, ਅਸੀਂ ਕੋਈ 10-15 ਮਿੰਟ ਦੇ ਵਿੱਚ, ਸਾਡਾ ਰੂਟੀਨ ਕੰਮ ਚੱਲਦਾ, ਇੱਕ 10 ਮਿੰਟ ਦੇ ਵਿੱਚ ਇੱਕ ਲੈਂਪ ਤਿਆਰ ਕਰ ਦਿੰਦੇ ਹਾਂ, ਔਰ ਡੇਲੀ ਸਾਡੀ 100-150 ਲੈਂਪ ਜਿਹੜੀ ਉਹ ਡੇਲੀ ਜਾਂਦੀ ਹੈ ਐਮਾਜੋਨ 'ਤੇ, ਬਾਕੀ ਹੋਲਸੇਲ ਦਾ ਜਿਹੜਾ ਉਹ ਅਲੱਗ ਹੁੰਦਾ ਹੈ। ਇਹ ਦੁਕਾਨਾਂ 'ਤੇ ਵੀ ਜਾਂਦੀ? ਹਾਂਜੀ, ਆਪਣੇ ਪੰਜਾਬ ਦੇ ਵਿੱਚ ਘੱਟ ਆ, ਬਾਹਰ ਸਾਊਥ ਵਾਲੀ ਸਾਈਡ 'ਤੇ ਮਹਾਰਾਸ਼ਟਰ ਦੇ ਵਿੱਚ ਕਾਫੀ ਸੇਲ ਹੈ ਇਹਦੀ। ਇਸ ਤੋਂ ਬਾਅਦ ਵੀ ਤੁਸੀਂ ਕਿਹਾ ਕਿ ਕਈ ਵਾਰੀ ਸਿੰਗਾਪੁਰ ਭੇਜਿਆ ਸੀ, ਮਲੇਸ਼ੀਆ ਭੇਜਿਆ ਹੈ, ਅਤੇ ਇਹਨਾਂ ਦੋ ਕੰਟਰੀਆਂ 'ਚ ਬਾਹਰ ਆਪਾਂ ਭੇਜਿਆ ਹੈ। ਸੋ ਇੱਕ ਜਿਹੜਾ ਢੇਲਾ ਜਿਹੜਾ ਤਿਆਰ ਹੁੰਦਾ ਹੈ, ਸ਼ੁਰੂ ਕਿਸ ਰੇਟ ਤੋਂ ਹੁੰਦਾ ਤਿਆਰ ਹੋ ਕੇ, ਅਤੇ ਐਂਡ ਕਿਸ ਰੇਟ ਤੱਕ ਜਾਂਦਾ? ਜੋ ਵੀ ਜਿਹੜਾ ਛੋਟਾ ਪੀਸ ਹੈ 1 ਕਿਲੋ ਦਾ, ਉਹ 500 ਰੁਪਏ ਤੋਂ ਸਟਾਰਟ ਹੋ ਜਾਂਦਾ, ਉਸ ਤੋਂ ਫਿਰ ਉੱਪਰ 1500-1600 ਤੱਕ ਰੇਂਜ ਹੈ। 1500-1600 ਤੱਕ? ਹਾਂਜੀ, 1500-1600 ਤੱਕ। ਇਹ ਕਹਿੰਦੇ ਕਿ ਵਸਤੂ ਦੇ ਅਕੋਰਡਿੰਗ ਵੀ ਲੋਕ ਘਰਾਂ 'ਚ ਰੱਖਦੇ ਨੇ, ਇਹਦਾ ਲੈਂਪ ਦਾ ਫਾਇਦਾ ਕੀ ਹੈ, ਹੈ ਨਾ, ਤਿਆਰ ਕੀਤੀ, ਇਹ ਜਿਹੜਾ ਆਈਡੀਆ ਸੀਗਾ ਇਹ ਮਨ 'ਚ ਕਦੋਂ ਆਇਆ 10 ਸਾਲ ਪਹਿਲਾਂ? ਇਹ ਇੱਕ ਤਾਂ ਹੈਗਾ ਸੀਗਾ ਵੀ ਇੱਕ ਤਾਂ ਡੈਕੋਰੇਟ ਪੀਸ ਆ, ਠੀਕ ਹੈ ਜੀ, ਉਸ ਤੋਂ ਬਾਅਦ ਇਹ ਵਾਸਤੂ ਦੇ ਅਕੋਰਡਿੰਗ ਵੀ ਬਹੁਤ ਸ਼ੁਭ ਮੰਨਦੇ ਆ ਇਹਨੂੰ, ਅਤੇ ਅਸੀਂ ਜਦੋਂ ਤੁਹਾਨੂੰ ਦੱਸਿਆ ਕਿ ਪਹਿਲਾਂ ਅਸੀਂ ਖਾਲੀ ਨਮਕ ਇੰਪੋਰਟ ਕਰਦੇ ਸੀਗੇ, ਔਰ ਇਹਦੀ ਮਾਰਕੀਟ ਦੇਖੀ ਵੀ ਕਾਫੀ, ਉਦੋਂ ਇੰਡੀਆ 'ਚ ਮਾਰਕੀਟ ਐਡੀ ਨਹੀਂ ਸੀਗੀ, ਲੇਕਿਨ ਫੋਰਨ ਦੇ ਵਿੱਚ ਮਾਰਕੀਟ ਕਾਫੀ ਸੀ, ਔਰ ਅੱਜ ਜਦੋਂ ਇਹ ਸਟਾਰਟ ਕੀਤਾ ਸੀ ਉੱਥੋਂ ਲੈ ਕੇ ਅੱਜ ਤੱਕ ਬਹੁਤ ਜ਼ਿਆਦਾ ਮਾਰਕੀਟ ਦਾ ਫਰਕ ਪੈ ਗਿਆ ਹੈ। ਸੋ ਇਹ ਇੱਕ ਤਾਂ ਸ਼ੇਪਸ ਅਸੀਂ ਦੇਖ ਰਹੇ ਹਾਂ ਵੱਖ ਵੱਖ ਤਰੀਕੇ ਦੀਆਂ, ਇੱਕ ਤਾਂ ਰੌਕ ਸੋਲਟ ਦਾ ਜਿਹੜਾ ਇੱਕ ਆਮ ਹੁੰਦਾ, ਪਹਾੜ ਬੋਤਲਾਂ ਬਾਊਲ ਦੇ ਵਿੱਚ ਵੱਖ ਵੱਖ ਤਰੀਕੇ ਦੇ ਸ਼ੇਪ ਬਣਾਏ ਹੋਏ ਆ, ਸੋ ਇਹ ਜਿਹੜਾ ਤਰੀਕਾ ਵੀ ਆਪ ਹੀ ਸੋਚਿਆ ਸੀਗਾ? ਆਪ ਹੀ ਸੋਚਿਆ ਜੀ, ਇੱਥੇ ਸਾਰਾ ਕੀਤਾ ਹੈ, ਜਿਵੇਂ ਅਲੱਗ ਅਲੱਗ ਸ਼ੇਪ ਬਣਾਉਣੀ, ਫਿਰ ਕੋਈ ਕਸਟਮਰ ਡਿਜ਼ਾਈਨ ਦੇ ਦਿੰਦਾ ਵੀ ਸਾਨੂੰ ਇਹ ਸ਼ੇਪ ਚਾਹੀਦੀ ਆ, ਫਿਰ ਉਵੇਂ ਦੀ ਸ਼ੇਪ ਬਣਾ ਦੇਈਦੀ ਆ। ਕਾਰੀਗਰ ਫੈਕਟਰੀ 'ਚ ਕੰਮ ਕਰਦੇ? ਆਪਣੇ ਕੋਲ 15-16 ਕਾਰੀਗਰ ਕੰਮ ਕਰਦੇ, ਕਾਰ ਵੀ ਦਿੱਤੇ ਦਾ ਹੈ ਨਾ, ਫੈਕਟਰੀ ਪਿੰਡ ਵਿੱਚ ਹੀ ਖੋਲ੍ਹੀ? ਬਿਲਕੁਲ ਬਿਲਕੁਲ, ਆਪਣੇ ਖੇਤਾਂ ਦੇ ਵਿੱਚ, ਇੱਥੇ ਸਾਡੇ ਪਹਿਲਾਂ ਖੇਤ ਦੇ ਵਿੱਚ ਹੀ ਅਸੀਂ ਆਪਣਾ ਸਾਰਾ ਸੈਟਅਪ ਤਿਆਰ ਕੀਤਾ ਹੈ। ਹਾਂਜੀ, ਸੋ ਇਹ ਹੈ ਕਿ ਜਦੋਂ ਜੇ ਕਿਸੇ ਨੇ ਤੁਹਾਡੇ ਤੱਕ ਆਉਣਾ ਹੋਵੇ ਸਿਰਫ ਐਮਾਜ਼ੋਨ ਤੋਂ ਦੇਖ ਸਕਦਾ? ਐਮਾਜ਼ੋਨ ਤੋਂ ਵੈਸੇ ਵੀ ਗੂਗਲ 'ਤੇ ਸਰਚ ਕਰੋਗੇ ਆਪਣਾ ਜੋਸਨ ਐਂਡ ਜੋਸਨ ਤਾਂ ਆ ਜਾਏਗਾ ਜੀ। ਹਾਂਜੀ, ਪੂਰੀਆਂ ਧੁੰਮਾਂ ਪਾਈਆਂ? ਬਿਲਕੁਲ ਬਿਲਕੁਲ, ਕੋਸ਼ਿਸ਼ ਹੈ ਆਪਣੀ ਪੂਰੀ। ਹਾਂਜੀ, ਸਵੇਰੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਜਿਹੜਾ ਕੰਮ? 8-5 ਤੱਕ ਹੁੰਦਾ ਜੀ। ਹਾਂਜੀ, ਜਿਹੜਾ ਨਮਕ ਹੈ ਜਿਹੜਾ ਹੁਣ ਵੇਸਟ ਹੋ ਜਾਂਦਾ, ਉਹਦਾ ਫਿਰ ਕੀ ਕਰਦੇ? ਜਿਹੜਾ ਯੂਜ਼ ਨਹੀਂ ਹੋਣਾ? ਨਹੀਂ, ਉਹ ਤਾਂ ਯੂਜ਼ ਨਹੀਂ ਹੁੰਦਾ, ਜਿਵੇਂ ਆਪਣੇ ਨਾ ਉਹ ਲੈ ਜਾਂਦੇ ਆ, ਜਿਵੇਂ ਬਰਫ਼ ਦੇ ਕਾਰਖਾਨੇ ਵਾਲੇ ਉਹ ਵਗੈਰਾ ਲੈ ਜਾਂਦੇ ਆ, ਅਤੇ ਜਿਹੜਾ ਟੁਕੜੀ ਹੋਈ ਉਹ ਗ੍ਰਾਇੰਡ ਹੋ ਜਾਂਦਾ ਹੈ।
ਮਤਲਬ ਜਿਹੜਾ ਲੈਂਪ ਬਣ ਗਿਆ ਠੀਕ ਹੈ, ਜਿਹੜੇ ਸਾਈਡ ਤੋਂ ਲੱਥ ਗਿਆ ਉਹ ਸਾਈਡ ਤੋਂ ਲੱਥ ਗਿਆ, ਉਸ ਤੋਂ ਇਲਾਵਾ ਜਿਹੜਾ ਮੰਨ ਲਓ ਛੋਟਾ ਡਾਲਾ ਜਿਹਦੀ ਲੈਂਪ ਨਹੀਂ ਬਣ ਸਕਦੀ ਉਹਦੀ ਫਿਰ ਪਸਾਈ ਹੁੰਦੀ ਹੈ। ਖਾਲੀ ਡਲਾ ਹੁੰਦਾ ਵਾ, ਪਸਾਈ ਹੋਣ ਤੋਂ ਬਾਅਦ ਜਿਹੜਾ ਵਾ ਉਹ ਵਾਈਟ ਹੀ ਦਿਖੂਗਾ। ਮੈਂ ਤੁਹਾਨੂੰ ਦਿਖਾਉਂਦਾ, ਤੁਸੀਂ ਕੈਮਰਾਮੈਨ ਨੂੰ ਕਹੋ, ਹਾਂ ਉਹ ਸਾਹਮਣੇ ਵੇਖੋ ਪਸਾਈ ਹੋ ਰਿਹਾ, ਪਿੰਕ ਆ, ਪਿੰਕ ਪਿੰਕ ਨਮਕ ਹੈ। ਔਰ ਇਸ ਤੋਂ ਬਾਅਦ ਉਹ ਅੱਗੇ ਆ ਰਿਹਾ, ਮੈਂ ਤੁਹਾਨੂੰ ਅੱਗੇ ਦਿਖਾਉਂਦਾ ਜੀ। ਸੋਲਟ ਵਿੱਚ ਵੀ ਹੁਣ ਮਿਲਾਵਟ ਆ ਰਹੀ ਹੈ, ਬਿਲਕੁਲ ਮਿਲਾਵਟ ਆ ਰਹੀ ਆ। ਕਲਰ ਲੱਗ ਕੇ ਦੂਸਰੇ ਨਮਕ ਨੂੰ ਕਲਰ ਲਾ ਕੇ ਸਿੰਧਾ ਨਮਕ ਕਰਕੇ ਵੇਚ ਰਹੇ ਪਿੰਕ ਸਾਲਟ ਕਹਿ ਕੇ, ਲੇਕਿਨ ਪਿੰਕ ਹੁੰਦਾ ਹੀ ਨਹੀਂ ਆ। ਪਸਾਈ ਟਾਈਮ ਪਸਾਈ ਤੋਂ ਪਹਿਲਾਂ ਪਿੰਕ ਦਿਖੂਗਾ, ਲੇਕਿਨ ਪਸਾਈ ਹੋਣ ਤੋਂ ਬਾਅਦ ਇਹ ਵਾਈਟ ਦਿਖੂਗਾ, ਹਲਕਾ ਜਿਹਾ ਪਿੰਕ ਹਲਕਾ ਜਾਊਗਾ ਤੁਹਾਡੇ ਸਾਹਮਣੇ। ਵੈਸੇ ਵੀ ਤੁਸੀਂ ਆਪਣੇ ਘਰ ਵੀ ਵੈਸੇ ਇੱਕ ਡਲਾ ਲੈ ਲਓ, ਉਹਨੂੰ ਘਰ ਪਸਾਈ ਕਰਕੇ ਵੇਖ ਲਓ, ਉਹ ਪਿੰਕ ਨਹੀਂ ਆਊਗਾ। ਜਦੋਂ ਇਹ ਸਾਰਾ ਜਿਹੜਾ ਇੱਕ ਲੈਂਪ ਤਿਆਰ ਹੋ ਜਾਂਦਾ ਹੈ ਜਾਂ ਹੋਰ ਚੀਜ਼ਾਂ ਤਿਆਰ ਹੋ ਜਾਂਦੀਆਂ ਨੇ, ਫਿਰ ਪੈਕਿੰਗ ਦਾ ਪ੍ਰੋਸੈਸ ਕੀ ਰਹਿੰਦਾ? ਅੱਛਾ, ਇਹ ਵੀ ਆਪਣਾ ਲੂਣ ਤਿਆਰ? ਹਾਂ ਇਹ ਆਪਣੀ ਪੈਕਿੰਗ ਹੈ, ਇਹ ਅੰਮ੍ਰਿਤਸਰ ਦੇ ਵਿੱਚ ਸਪਲਾਈ? ਹਾਂ ਅੰਮ੍ਰਿਤਸਰ ਦੇ ਵਿੱਚ, ਪੰਜਾਬ ਦੇ ਵਿੱਚ ਹੀ ਹੈ। ਹਾਂਜੀ, ਔਰ ਜਿਹੜਾ ਇਹ ਨਮਕ ਖਾਣ ਲੱਗ ਜਾਂਦਾ ਨਾ, ਉਹਨੂੰ ਟੇਸਟ ਲੱਗ ਜਾਂਦਾ ਵਾ। ਆਮ ਨਮਕ ਤੁਸੀਂ ਜ਼ਬਾਨ 'ਤੇ ਰੱਖੋਗੇ ਉਹ ਜਿਸ ਤਰ੍ਹਾਂ ਕੈਮੀਕਲ ਚੱਲਦਾ ਇਸ ਤਰ੍ਹਾਂ ਲੱਗੂਗਾ, ਇਸ ਨਮਕ ਨੂੰ ਤੁਸੀਂ ਜ਼ਬਾਨ 'ਤੇ ਰੱਖੋਗੇ ਤਾਂ ਜਿਸ ਤਰ੍ਹਾਂ ਉਹਦਾ ਤੁਹਾਨੂੰ ਟੇਸਟ ਆਊਗਾ। ਤੁਹਾਡਾ ਆਪਣਾ ਵੱਖਰਾ ਤਿਆਰ ਹੁੰਦਾ, ਡਾਕਟਰ ਨਾਮ ਦਿੱਤਾ? ਹਾਂਜੀ, ਮੈਂ ਹਾਂ ਡਾਕਟਰ ਸਾਹਿਬ ਦਾ। ਕਿਆ ਬਾਤ ਹੈ ਜੀ, ਇਹ ਹੈ ਜੀ ਜਿਹੜੇ ਕਹਿੰਦੇ ਨੇ ਕਿ ਕੰਮ ਨਹੀਂ ਹੈਗਾ, ਤਾਂ ਜਿਹਨੇ ਕੰਮ ਕਰਨਾ ਹੋਵੇ ਤਾਂ ਉਹ ਕਰ ਸਕਦਾ ਹੈ। ਐਮਾਜ਼ੋਨ ਦੇ ਔਡਰ ਸਾਰੇ ਤਿਆਰ ਨੇ ਜਿਹੜੇ ਅੱਜ ਜਾਣੇ ਨੇ, ਔਰ ਦੂਜੇ ਪਾਸੇ ਸਮਾਨ ਤਿਆਰ ਹੋਣ ਤੋਂ ਬਾਅਦ ਪੈਕ ਕਿੱਥੇ ਹੁੰਦਾ ਸੀ ਉਹ ਵੀ ਦੇਖਾਂਗੇ। ਪੈਕ ਕਿਸ ਤਰੀਕੇ ਨਾਲ ਕਰਦੇ ਹੋ? ਜਿਹੜਾ ਥੱਲੇ ਸਟੈਂਡ ਲੱਗਦਾ ਲੱਕੜ ਦਾ ਉਹ ਵੀ ਆਪ ਖੁਦ ਤਿਆਰ ਕਰਦੇ? ਸਾਰਾ ਸਾਰਾ ਇੱਥੇ ਤਿਆਰ ਹੁੰਦਾ ਜੀ। ਹਾਂ, ਉਹ ਜਿਸ ਤਰ੍ਹਾਂ ਆਹ ਵੇਖੋ ਹੁਣ ਆਹ ਪੈਕਿੰਗ ਕਰਨ ਲੱਗੇ ਆ, ਕਿਉਂਕਿ ਅੱਜ ਦੇ ਆਰਡਰ ਜਿਹੜੇ ਸੀਗੇ ਆਲਮੋਸਟ ਹੋ ਚੁੱਕੇ ਆ, ਫਿਰ ਵੀ ਜਿਹੜੇ ਰਹਿ ਗਏ ਉਹ ਕਰ ਰਹੇ ਆ। ਸੋ ਬਾਈ ਜੀ, ਇਹ ਵੀ ਅਸੀਂ ਜ਼ਰੂਰ ਜਾਣਾਂਗੇ ਕਿ ਤੁਸੀਂ ਰੋਜ਼ਾਨਾ ਦੇ ਕਿੰਨੇ ਔਡਰ ਜਿਹੜੇ ਭੇਜ ਦਿੰਦੇ ਹੋ, ਅਤੇ ਰੋਜ਼ ਲਗਾਤਾਰ ਹੀ ਔਡਰ ਆਉਂਦੇ? ਰੋਜ਼ ਲਗਾਤਾਰ ਹੀ, ਰੋਜ਼ਾਨਾ ਮੰਨ ਲਓ ਐਮਾਜ਼ੋਨ 'ਤੇ 50+ ਹੁੰਦੇ ਔਡਰ, ਬਾਕੀ ਸਾਡੇ ਕੋਲ 150 ਤੋਂ 200 ਡੇਲੀ ਔਡਰ ਤਿਆਰ ਹੁੰਦਾ ਹੈ। ਹਾਂਜੀ, ਜਿਹੜੇ ਹੋਰ ਵਾਸਤੇ ਕਿਹੜੇ ਕਿਹੜੇ ਚੀਜ਼ਾਂ ਦੇ ਜਿਹੜੇ ਸ਼ੇਪਸ ਨੇ ਉਹ ਤਿਆਰ ਕਰ? ਜੋ ਵੀ ਸ਼ੇਪ ਅੱਗੇ ਜੋ ਵੀ ਕੋਈ ਕਸਟਮਰ ਕਹਿੰਦਾ ਹੈ ਉਹਦੇ ਹਿਸਾਬ ਨਾਲ ਸ਼ੇਪ ਬਣਾ ਦੇਈ ਦੀ ਆ। ਕੋਈ ਯੂਨੀਕ ਮੰਨ ਲਓ ਆਈਡੀਆ ਕੋਈ ਹੋਰ ਦਿੰਦਾ ਵੀ ਇਹਦੇ ਨਾਲ ਦਾ ਸਾਨੂੰ ਚਾਹੀਦਾ ਹੈ, ਉਸ ਹਿਸਾਬ ਨਾਲ ਬਣਾ ਦੇਈਦਾ ਹੈ। ਬਿਲਕੁਲ, ਇੱਕ ਤੁਸੀਂ ਉਹ ਵੀ ਦਿਖਾਇਆ ਕਿ ਜਿਹੜਾ ਅੱਜ ਕੱਲ੍ਹ ਇੱਟਾਂ ਟਾਇਲਾਂ ਵੀ ਤਿਆਰ ਹੋਣੇ ਸ਼ੁਰੂ ਹੋ ਚੁੱਕੀਆਂ ਨੇ। ਸੋ ਬਿਲਕੁਲ, ਇਹ ਕਿੱਡਾ ਸੋਹਣਾ ਪ੍ਰੋਜੈਕਟ ਹੈ, ਇਹ ਵਿਸ਼ਵਾਸ ਨਹੀਂ ਹੁੰਦਾ ਕਿ ਅੰਮ੍ਰਿਤਸਰ ਦੇ ਵਿੱਚ ਇਹ ਕੰਮ ਚੱਲਦਾ ਹੋਊਗਾ। ਜਦੋਂ ਅਸੀਂ ਔਨਲਾਈਨ ਇਹ ਸ਼ੋਪਿੰਗ ਕਰਨ ਜਾਂਦੇ ਹਾਂ ਸੋਲਟ ਦੀਆਂ ਲੈਂਪਸ ਨੂੰ ਦੇਖਣ ਵਾਸਤੇ, ਤਾਂ ਇਸ ਤਰ੍ਹਾਂ ਲੱਗਦਾ ਕਿ ਇਹ ਬਾਹਰੋਂ ਤਿਆਰ ਹੋ ਕੇ ਆਈਆਂ ਨੇ, ਪਰ ਜਦਕਿ ਇਹ ਇੱਥੋਂ ਤਿਆਰ ਹੋ ਕੇ ਬਾਹਰ ਜਾਂਦੀਆਂ ਨੇ। ਸੋ ਮੈਂ ਇਹ ਗੱਲ ਜ਼ਰੂਰ ਦੱਸਾਂ ਕਿ ਟਾਇਲਸ ਵੀ ਜਿਹੜੀਆਂ ਨੇ ਇਹਨਾਂ ਵੱਲੋਂ ਨਮਕ ਦੀਆਂ ਤਿਆਰ ਕੀਤੀਆਂ ਗਈਆਂ, ਰੌਕ ਸੋਲਟ ਦੀਆਂ। ਅਸੀਂ ਸੋਚਦੇ ਹਾਂ ਕਿ ਲੂਣ ਬਸ ਜਦੋਂ ਘੱਟ ਹੋਵੇ ਸਬਜ਼ੀ 'ਚ ਉਹੀ ਪਾਈਦਾ, ਪਰ ਇਹਨਾਂ ਨੇ ਹਰ ਇੱਕ ਚੀਜ਼ 'ਚ ਲੂਣ ਫਿੱਟ ਕਰਤਾ। ਉਹ ਦੇਖੋ ਟਾਇਲਸ ਦੇਖੀਏ ਤਾਂ ਉਹ ਡਿਜ਼ਾਈਨ ਵੀ ਤਿਆਰ ਕਰਨੇ ਸ਼ੁਰੂ ਕਰਤੇ ਆ। ਇਹ ਦਿਮਾਗ 'ਚ ਕਿੱਥੋਂ ਆਇਆ? ਮਤਲਬ ਇਹ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਮੋਇਸਚਰ ਲੈ ਜਾਂਦਾ ਨਮਕ ਖਰਾਬ ਹੋ ਜਾਂਦਾ, ਨਹੀਂ ਪਿੱਛੇ ਲਾਈਟ ਲੱਗੀ ਹੋਵੇ ਫਿਰ ਖਰਾਬ ਨਹੀਂ ਹੁੰਦਾ? ਹਾਂਜੀ, ਅਤੇ ਇੰਡੀਆ 'ਚ ਚਲੋ ਹੁਣ ਇਹਦਾ ਕੰਸੈਪਟ ਆਇਆ, ਫੋਰਨ ਦੇ ਵਿੱਚ ਇਹਦਾ ਰੂਮ ਦਾ ਸਪਾ ਰੂਮ ਦਾ ਕਾਫੀ ਜ਼ਿਆਦਾ ਸਕੋਪ ਆ। ਇੰਡੀਆ ਦੇ ਵਿੱਚ ਬਣ ਰਿਹਾ ਜੀ ਹੁਣ, ਜਿਵੇਂ ਬੈਂਗਲੌਰ ਸਾਈਡ ਬਣੇ ਆ ਜਾਂ ਦਿੱਲੀ ਬਣੇ ਆ, ਇਹਨਾਂ ਸਾਈਡਾਂ 'ਚ ਬਣੇ ਆ। ਸੋ ਇਹ ਜਿਹੜੇ ਟਾਇਲਸ ਨੇ ਇਹ ਵੀ ਹੁਣ ਵਿਕਣੇ ਸ਼ੁਰੂ ਹੋਈ ਆ? ਹਾਂਜੀ, ਇਹ ਵੀ ਵਿਕ ਰਹੇ ਆ।
ਇੰਡੀਆ ਦੇ ਵਿੱਚ ਜਿਹੜੇ ਵੀ ਸਭਾ ਜਿੰਨੇ ਵੀ ਬਣ ਰਹੇ ਨੇ ਉਹ ਟਾਇਲ ਆਪਣੇ ਇੱਥੋਂ ਜਾ ਰਹੀ ਆ ਪੂਰੇ ਇੰਡੀਆ ਦੇ ਵਿੱਚ। ਇਹ ਜ਼ਿਆਦਾਤਰ ਕਿੱਥੇ ਵਰਤੀ ਜਾਂਦੀ ਹੈ? ਜ਼ਿਆਦਾਤਰ ਜਿਸ ਤਰ੍ਹਾਂ ਮੈਡੀਟੇਸ਼ਨ ਰੂਮ ਆ, ਮੈਡੀਟੇਸ਼ਨ ਰੂਮ ਦੇ ਵਿੱਚ ਵਰਤਦੇ ਆ, ਵੈਸੇ ਵੀ ਡੈਕੋਰੇਟ ਕਰਨ ਵਾਸਤੇ ਆ, ਉਹ ਵੀ ਵਰਤਦੇ ਆ ਹਰ ਜਗ੍ਹਾ 'ਤੇ। ਹਾਂਜੀ, ਇਹ ਖੂਬਸੂਰਤ ਪ੍ਰੋਜੈਕਟ ਜਿਹੜਾ ਦੇਖਣ ਨੂੰ ਮਿਲਿਆ, ਅਤੇ ਇਹਦੇ ਵਿੱਚ ਜੇ ਅਸੀਂ ਕਰੀਏ, ਜੇ ਤੁਹਾਨੂੰ ਵੇਖ ਕੇ ਕੋਈ ਮੋਟੀਵੇਟ ਹੋ ਜੇ ਕੰਮ ਕਰਨਾ ਸ਼ੁਰੂ ਕਰਨਾ ਹੋਵੇ ਕਿਸੇ ਨੇ, ਸੋ ਕਿੰਨਾ ਕੁ ਜਿਹੜੀ ਸਭ ਤੋਂ ਪਹਿਲੇ ਇਹਦੀ ਇਨਵੈਸਟਮੈਂਟ ਹੈਗੀ? ਇਨਵੈਸਟਮੈਂਟ ਤਾਂ ਹੈ ਜਿਹੜੀ ਹੈਗੀ, ਲੇਕਿਨ ਸਭ ਤੋਂ ਪਹਿਲਾਂ ਵੀ ਆਪਾਂ ਨੂੰ ਮਨ ਬਣਾਉਣਾ ਪਊ ਵੀ ਇਹ ਕੰਮ ਕਰਨਾ ਵਾ, ਠੀਕ ਹੈ ਨਾ। ਹੁਣ ਆਪਣਾ ਜ਼ਿਆਦਾ ਟ੍ਰੈਂਡ ਚੱਲ ਰਿਹਾ ਆਇਲਸ ਕਰੋ ਅਤੇ ਬਾਹਰ ਜਾਓ, ਉਹ ਮਨ 'ਚੋਂ ਕੱਢ ਕੇ ਸਾਰਾ ਕੁਛ ਹੋ ਸਕਦਾ ਇੱਥੇ। ਜੇ ਕੋਈ ਸਾਡੇ ਕੋਲ ਮੰਨ ਲਓ ਕੋਈ ਸਾਡੇ ਕੋਲ ਸਿੱਖਣਾ ਚਾਹੁੰਦਾ, ਅਸੀਂ ਉਹ ਵੀ ਸਿਖਾਉਣ ਨੂੰ ਤਿਆਰ, ਲੇਕਿਨ ਇੱਥੇ ਰਹਿ ਕੇ ਕੰਮ ਕਰਨ ਵਾਲੇ ਹੋਣ ਤਾਂ ਫਿਰ। ਜਿਵੇਂ ਕਿ ਬਾਹਰੋਂ ਤਿਆਰ ਹੋ ਕੇ ਆਉਂਦੀ ਆ, ਹੈ ਨਾ, ਬੰਦਾ ਸੋਚ ਲੈਂਦਾ, ਪਰ ਤੁਸੀਂ ਇਹ ਸਾਰੀਆਂ ਤਿਆਰ ਕਰਕੇ ਬਾਹਰ ਭੇਜ ਦਿਓ, ਨਹੀਂ ਵਿਸ਼ਵਾਸ ਕਰੇਗਾ ਕੋਈ ਕਿ ਅੰਮ੍ਰਿਤਸਰ ਤਿਆਰ ਹੁੰਦੀਆਂ। ਸੋ ਇਹਦੇ ਵਿੱਚ ਹੋਰ ਕੌਣ ਜਿਹੜਾ ਇਸ ਰੇਸ 'ਚ ਹੈਗਾ ਜਿਹੜੀਆਂ ਲੈਂਪਸ ਤਿਆਰ ਕਰਦਾ? ਪੰਜਾਬ ਦੇ ਵਿੱਚ ਤਾਂ ਕੋਈ ਨਹੀਂ ਬਣਾ ਰਿਹਾ, ਇੱਕ ਦੋ ਨੇ ਸ਼ੁਰੂ ਕੀਤਾ ਲੇਕਿਨ ਉਹਨਾਂ ਨੇ ਬੰਦ ਕਰ ਦਿੱਤਾ। ਭਾਰਤ ਵਿੱਚ ਤੁਸੀਂ ਸ਼ੁਰੂ ਕੀਤੀ ਸੀ? ਇੰਡੀਆ ਦੇ ਵਿੱਚ ਅਸੀਂ ਸ਼ੁਰੂ ਕੀਤਾ, ਹੁਣ ਵੀ ਦਿੱਲੀ ਬਣਾ ਲਿਆ। ਦਿੱਲੀ ਦੇ ਵਿੱਚ ਵੀ ਸਿਰਫ ਨੈਚੁਰਲ ਸ਼ੇਪ ਬਣਾ ਰਿਹਾ, ਜਿੰਨੇ ਜੋ ਆਈਟਮ ਆਪਣੇ ਬਣ ਰਹੀ ਨਾ ਉਹ ਕਿਤੇ ਵੀ ਨਹੀਂ ਬਣ ਰਹੀ, ਇੰਡੀਆ ਦੇ ਵਿੱਚ ਕਿਤੇ ਨਹੀਂ ਬਣ ਰਹੀ, ਜੇ ਕਿਤੇ ਹੋਊਗੀ ਉਹ ਆਪਣੇ ਕੋਲ ਇੱਥੋਂ ਗਿਆ ਹੋਊਗਾ। ਇਹ ਜਿਹੜੀ ਖੂਬਸੂਰਤ ਤਸਵੀਰ ਅਸੀਂ ਦੇਖੀ ਹੈ, ਜਿੱਥੇ ਜਿਸ ਨੇ ਤਰੱਕੀ ਕਰਨੀ ਹੋਵੇ ਉਹ ਮਨ 'ਚ ਰੱਖ ਲਏ, ਮਨ 'ਚ ਧਾਰ ਲਏ ਤਾਂ ਤਰੱਕੀ ਕਰ ਸਕਦਾ। ਜਿਵੇਂ ਰੌਕ ਸੋਲਟ ਤੋਂ ਕੀ ਤਿਆਰ ਕਰਤਾ ਇਹਨਾਂ ਦੋ ਭਰਾਵਾਂ ਨੇ, ਕਿਆ ਕਮਾਲ ਦੀਆਂ ਚੀਜ਼ਾਂ ਤਿਆਰ ਕੀਤੀਆਂ ਨੇ, ਔਰ ਪੂਰੇ ਦੇਸ਼ ਵਿੱਚ ਹੀ ਨਹੀਂ ਬਲਕਿ ਬਾਹਰਲੇ ਦੇਸ਼ਾਂ ਤੱਕ ਵੀ ਇਹ ਰੌਕ ਸੋਲਟ ਦੀਆਂ ਲੈਂਪਸ ਜਾਂ ਬਾਕੀ ਹੋਰ ਸਮਾਨ ਵੇਚ ਰਹੇ ਨੇ। ਔਰ ਐਡਾ ਸੋਹਣਾ ਪ੍ਰੋਜੈਕਟ ਜਿਹੜਾ ਅੰਮ੍ਰਿਤਸਰ ਦੇ ਵਿੱਚ ਲੱਗਾ ਹੋਇਆ, ਸ਼ਾਇਦ ਇਹ ਕਿਸੇ ਨੂੰ ਨਾ ਪਤਾ ਹੋਵੇ, ਪਰ ਅੱਜ ਇਹ ਤਸਵੀਰਾਂ ਵਾਕਈ ਇਹ ਦੱਸਦੀਆਂ ਨੇ ਕਿ ਜੇ ਮਨ 'ਚ ਧਾਰ ਲਈ ਤਾਂ ਸਭ ਕੁਛ ਕਰ ਸਕਦੇ ਹਾਂ। ਕੈਮਰਾਮੈਨ ਸ਼ੁਭਮ ਦੇ ਨਾਲ ਹਰਮੀਤ ਸਿੰਘ, ਡੇਲੀ ਪੋਸਟ, ਅੰਮ੍ਰਿਤਸਰ।